ਭਰਜਾਈ ਹੈ ਤੁਹਾਡੀ ਯਾਰ, ਇਹ ਵੀ ਝੁੱਟੀ ਲਾਉਂਦੀ ਮੇਰੇ ਤੇ ਫਲਕਾ ਓਏ, ਅੱਜ ਹੀ ਕਰਾਈ ਆ ਓ ਭਾਈ, ਬਾਰਿਸ਼ ਨਹੀਂ ਪਈ ਏ ਅਠਾਰ ਜਾ ਮਰੇ ਬੋਲਣਾ ਤੇ ਮੇਰੀ ਬੇਗਮ ਨੂੰ ਬੇਗਮ ਜੀ ਸਰਤਾਜ ਇਹ ਤੁਹਾਨੂੰ ਜਾ ਜਾ ਯਾਰ ਆ ਨਿਊ ਹਾਲ ਦੀਆਂ ਟਿਕਟਾਂ ਨਿਕਲਾਈਆਂ ਲੈ ਭਾਈਆਂ ਕੋ ਉਹ ਕੀ ਹੈ ਡੱਬਾ ਰਿਹਾ, ਕੀ ਰੋਲਾ ਪਿਆ ਮੈਨੂੰ ਦੱਸ, ਆਹਦਾ ਰੋਲਾ ਕੋਈ ਗੱਲ ਨਹੀਂ ਭਾਈ ਬੈਠੋ ਹੁਣ ਫਰੈਂਡ ਭਾਵੇਂ ਲਿਖੋ ਜਿੰਨਾ ਹੀ ਗੁਣਾ ਆਵੇ ਭਾਵੇਂ ਫਰੈਂਡ ਤੇ ਆਈਓ ਭਾਵੇਂ ਪਿੱਛੇ ਟੁੱਟ ਕੇ ਕੋਈ ਗੱਲ ਨਹੀਂ ਭਾਈ ਨਾ ਲਿਆ ਸੁ ਤੇ ਉਹਨਾਂ ਨੇ ਜਾਣ ਨੂੰ ਰਵਾ ਸਾਨੂੰ ਕੀ ਆਉਂਦੇ ਸਾਨੂੰ ਡਰਾਮਾ ਕਰਨ ਦਿਓ ਓਏ ਮੇਰਾ ਜਾਓ ਅੰਦਰ ਜਾਓ ਜ਼ਰਾ ਤੁਸੀਂ ਆ ਜਾਓ ਜੀ ਜਾ ਤੂੰ ਵੀ ਅੰਦਰ ਅੱਛਾ ਜੀ ਜਾਓ 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 ਅੱਲਾਹ ਤੁਹਾਡੀ ਖੈਰ ਕਰੇ ਓ ਜਾਓ ਜਾ ਭੋਗੀ ਲਿਓ ਬੱਚਿਓ ਉਹਰਾ ਉਹ ਕੀ ਏ ਉਹਨਾਂ ਨੂੰ ਸਜ਼ਾ ਦਿਆ ਜਿਨ੍ਹਾਂ ਨੇ ਟਿਕਟਾਂ ਲਈਆਂ ਨੇ ਭੈਣਾਂ ਐ ਸੋਹਣੀਆਂ ਨੇ ਮਾਸ਼ਾਅੱਲਾ ਕੀ ਨਾਂ ਤੁਹਾਡਾ ਯਾਰ ਨਾਂ ਤੇ ਪੁੱਛ ਹੈਨੀ ਜਾਨ ਉੱਚੀ ਬੋਲ ਹੈਨੀ ਜਾਨ ਉਹ ਉੱਥੋਂ ਤੱਕ ਚੜ੍ਹ ਕੇ ਬੋਲਾਂ ਮੈਂ ਤੇ ਆਉਂਦਾ ਸਾਂ ਐ ਹੀ ਹਰਾਮ ਦੀ ਆ ਪਰ ਤੂੰ ਵੱਧ ਉਹ ਤੇ ਤੂੰ ਜੰਮੀ ਆ ਉਹਦਾ ਤੈਨੂੰ ਪਤਾ ਏ ਐ ਮੇਰੀ ਸੋਜਾ ਮਾਜਦਾ ਜੀ ਐਡਾ ਗੈਰਤਮੰਦ ਏ ਮੇਰੇ ਉੱਤੇ ਪਰਚਾ ਕਰਾ ਦਿੱਤਾ ਕਿਉਂ ਕਹਿੰਦਾ ਮੈਨੂੰ ਮਜ਼ਾ ਨਹੀਂ ਆਉਂਦਾ ਹਾਂ ਫਿਰ ਮੈਂ ਉਲਟਾ ਇਹਦੇ ਤੇ ਪਰਚਾ ਕਰਾਇਆ ਹਰਾਮ ਦੇ ਸਾਰੇ ਮਹੱਲੇ ਨੂੰ ਮਜ਼ਾ ਆਉਂਦਾ ਤੈਨੂੰ ਕਿਉਂ ਨਹੀਂ ਆਉਂਦਾ ਇਹਦੇ ਸਾਹਮਣੇ ਕਿਸੇ ਨੇ ਥੁੱਕ ਸੱਟੀ ਤੇ ਉਹਨੂੰ ਕਹਿ ਰਿਹਾ ਜ਼ਾਇਆ ਕਰ ਛੱਡੀ ਤੁਹਾਡੀ ਜੁਗਤ ਵਾਰੀ ਵਾਰੀ ਤੁਸੀਂ ਮਰਵਾਓ ਜੁਗਤ ਆਹੋ ਰਾਤੀ ਚੰਦ ਦੇ ਜਿਹੜੇ ਇੰਜ ਇੰਜ ਪਈ ਜਾਵੇ ਮੈਂ ਕਿਹਾ ਕੀ ਹੋਇਆ ਅੱਜ ਕਿਸੇ ਨੇ ਚਾਰ ਵਾਲਾ ਦੇ ਦਿੱਤਾ ਇਹ ਦੇ ਨਾ ਬੱਲਾ ਅੱਜ ਨੇ ਜੀ ਫਿਰ ਆ ਜਾਓ ਤੁਸੀਂ ਉਹ ਤੇਰੀ ਭੈਣ ਨੂੰ ਡੋਲੇ ਪਾਉਣਾ ਹੈ ਇੱਕ ਮਿੰਟ ਮੈਂ ਤੈਨੂੰ ਨਾ ਇੱਥੇ ਇਸ ਹੋਟਲ ਤੇ ਦੱਦ ਲਿਆਇਆ ਇੱਥੇ ਇੱਕ ਬਾਬਾ ਇੱਕ ਆਹੋ ਉਹਦੇ ਕੋਲ ਤੈਨੂੰ ਦਮ ਕਰਾਉਣਾ ਮੈਂ ਅੱਛਾ ਮੈਂ ਬੁਲਾਉਣਾ ਇਹ ਬਾਜਾ ਬਾਬਾ ਜੀ ਕੀ ਕਹਿੰਦਾ ਬੱਚਾ ਇਹਨੂੰ ਦਮ ਕਰੋ ਆਪਣੀ ਥੀ ਧਿਆਣੀ ਨੂੰ ਬੇਟਾ ਕੀ ਕਰ ਰਹੇ ਇਹ ਧੀਏ ਨੇ ਸਾਡੀਆਂ ਜੀ ਨਹੀਂ ਇਹ ਤੇਰੀ ਲਾਸ਼ ਨੂੰ ਹਾਲੀ ਹੈ ਬਾਤੋਂ ਡਰਾਉਂਦੇ ਨੇ ਜੀ ਇੱਕ ਮਿੰਟ ਜੀ ਕੋਈ ਮਿਸਤਰੀ ਵਾਕਫ ਹੈ ਪੈ ਲੈ ਕੇ ਝੜੀ ਬੰਦ ਕਰਵਾਓ ਤਾਂ ਮਾੜਾ ਜੇ ਐ ਲੱਗਦਾ ਆਪ ਹੀ ਕੋਈ ਅੱਜ ਕੰਮ ਖਰਾਬ ਕਰਕੇ ਸ਼ਲਵਾਰ ਵੇਖ ਕੇ ਵਿੱਚ ਭਰ ਗਈ ਨਾ ਆ ਗਿਆ ਉਹ ਮੈਂ ਕਿਸੇ ਨੂੰ ਗਾਲ ਲਾ ਕੇ ਉਹ ਗਾਲ ਲਾ ਕੱਢ ਦਿਓ ਗਾਲ ਲਾ ਕੱਢ ਦਿਓ ਨਹੀਂ ਮੈਂ ਕਿਹਾ ਕਿ ਭਰੀ ਹੋਈ ਹੈ ਨਾ ਤਾਂ ਕਰੇ ਉਹਨੂੰ ਕਹਿੰਦਾ ਕਲੋਣੀ ਕਹਿੰਦਾ ਆਪਣੀ ਜੱਟ ਨਾਲ ਤਲੇ ਅੱਛਾ ਇੱਕ ਮਿੰਟ ਆ ਦੋ ਬੰਦੇ ਰਨ ਮਰੀਜ਼ ਬਾਹਰ ਕੱਢ ਕੇ ਗੁੰਡੀ ਲਾ ਦੇਵੇ ਇਹਨਾਂ ਨੂੰ ਤੂੰ ਵੀ ਰੋਲਾ ਪਾਈ ਜਾਂਦੇ ਨੇ ਤੈਨੂੰ ਹੀ 5 ਮਿੰਟ ਬਾਅਦ
ਉਹ ਆਪਣੀ ਚੈੱਕ ਕਰਕੇ ਉਹ ਬਾਬਾ ਵਾ ਬੱਚਾ ਇਹ ਤੂੰ ਲਾਹੌਰ ਜਾਣਾ 294 ਦਾ ਪਰਚਾ ਮਿਲਦੇ ਹੋਇਆ ਹਾਂ ਪੁੱਤਰ ਕੀ ਕਰ ਰਹੇ ਬਾਬਾ ਜੀ ਇੰਨੇ ਕਮਾਲ ਪਤਾ ਹੀ ਕਿੱਥੇ ਹੁੰਦੇ ਇੱਥੇ ਬਾਬਾ ਜੀ ਇੱਥੇ ਅੱਜ ਲੱਗਦਾ ਬੁੱਢੀ ਨੂੰ ਨਾਨਿਆਂ ਵੇਖੇ ਉਹ ਹਰਾਮ ਦਿਆ ਅੱਛਾ ਜੀ ਇਹ ਕੌਣ ਬੱਚਾ ਇਹ ਮੇਰੀ ਬੇਗਮ ਹੈ ਜੀ ਇਹ ਤੇਰੀ ਸੋਚਾ ਮਾਜਦਾ ਹਾਂਜੀ ਵਿੱਚੋਂ ਖਾਲਦਾ ਮਾਜਦਾ ਜੀ ਅੱਛਾ ਇਹ ਬੱਚਾ ਕੀ ਮੁਸੀਬਤ ਹੈ ਮੈਨੂੰ ਦੱਸ ਕੀ ਚਾਹੀਦਾ ਤੈਨੂੰ ਉਹਦੇ ਕੋਲ ਸਾਰਾ ਕੁਝ ਹੈ ਵੇ ਮੇਰੀ ਜਾਨ ਚੜਾ ਮੇਰੀ ਭੈਣ ਕੱਢੀ ਵੇਲਾ ਗੰਦੇ ਕੰਮ ਕਰਦਾ ਈ ਉਹ ਮੈਨੂੰ ਅੱਲੇ ਉੱਤੇ ਬਹਿ ਕੇ ਘੁੰਮ ਅੱਲਾ ਤੂੰ ਮੇਰਾ ਰੂਲਾ ਕੈਦ ਉਹ ਮੇਰੀ ਜਾਨ ਚੜਾ ਦੇ ਤੇਰੀ ਭੈਣ ਕੱਢਾ ਚਾਚਾ ਮੈਂ ਤੈਨੂੰ ਹਾਲਾ ਐ ਤੇ ਕੱਖ ਨਹੀਂ ਹੋ ਅੰਨੀ ਦਿਆ ਬੱਚਿਆ ਅੰਨੀ ਨਾ ਨੀ ਉਹ ਨੰਨੀ ਨਹੀਂ ਬਗਾਰਤਾ ਹਯਾ ਕਰੇਗਾ ਤੇਰੀ ਬੁੱਢੀਆਂ ਬੁੱਢੀਆਂ ਨਾਲ ਮਾਵਾਂ ਭੈਣਾਂ ਨੂੰ ਰਹਿਣਾ ਚਾਹੀਦਾ ਬੁੱਢੀਆਂ ਤੇ ਹੋਣ ਠੀਕ ਨਾਲ ਬੁੱਢੇ ਵੀ ਜੇ ਕੋਈ ਕੋਈ ਯਕੀਨ ਮੰਨ ਜਦੋਂ ਕਹੋ ਬਾਬਾ ਕੀ ਆ ਸਾਰਿਆ ਇਹਦਾ ਕੀ ਪੁੱਛੋ ਕਿਹੜਾ ਹੈ ਪੁੱਤਰ ਜਦੋਂ ਘਰ ਵਸਾਣੇ ਹੋਣ ਤਾਂ ਥੋੜ੍ਹੀ ਬਾਤੀ ਤਕਲੀਫ ਬਰਦਾਸ਼ਤ ਕਰੀ ਉਹ ਥੋੜ੍ਹੀ ਬਾਤੀ ਦੇ ਕਰਨਾ ਅੱਗਾ ਜੋ ਤੂੰ ਆ ਨਿਕਲ ਆਉਂਦੇ ਬਾਬਾ ਇੱਧਰ ਵੀ ਭੇਜ ਤੂੰ ਬਾਬਾ ਇਹਦੀ ਭੈਣ ਨੂੰ ਕੀ ਕਰੇਗਾ ਤਾਂ ਠੀਕ ਹੋਈਏਗਾ ਅੱਲਾ ਵੇ ਤੇਰਾ ਵਿਆਹ ਕਰੇ ਤੇ ਤੇਰੇ ਵਿਆਹ ਤੋਂ ਬਾਅਦ ਇਹ ਹੋਈ ਸਮਝਾ ਸਾਰੇ ਆ ਬਾਬਾ ਜੀ ਮੇਰੀ ਜਾਨ ਚੜਾਓ ਉਹ ਮੈਂ ਚੜ ਛੜਾ ਕੀ ਆ ਹਾਂਜੀ ਮੈਂ ਚੱਲੀ ਆ ਮੈਨੂੰ ਪਤਾ ਤੂੰ ਚੱਲਨੀ ਆ ਖਲੋ ਜਾ ਬਕਵਾਸ ਬੰਦ ਕਰ ਮੈਂ ਅੰਦਰ ਚੱਲੀ ਆ ਜ਼ਰਾ ਪਸੀਨਾ ਸਕਾ ਸਾਰੀਆਂ ਅੱਗੇ ਅੰਦਰੋਂ ਬਾਹਰ ਆਈਆਂ ਤੇਰੇ ਪਿਓ ਨੂੰ ਮਠਿਆਈ ਪੈ ਗਈ ਸੀ ਇਹ ਜਦੋਂ ਮੇਰੇ ਪਿਓ ਵਾਰੀ ਮਠਾਈ ਪਈ ਸੀ ਤੇਰੇ ਵਾਰੀ ਕੀ ਬਣ ਰਿਹਾ ਇਹ ਜਦੋਂ ਜੰਮ ਉਹਨਾਂ ਨੇ ਕਿਹਾ ਗੁਲਾਬ ਜਾਮਨ ਮੰਨਣਾ ਕਿ ਆਇਆ ਹੈ ਜੀ ਮੈਂ ਕਹਿੰਦਾ ਹੁੰਦਾ ਜ਼ਰਾ ਚੁੱਪ ਕਰਕੇ ਬਾਬੂ ਇਹ ਫੈਮਿਲੀ ਮੈਟਰ ਸ਼ੁਰੂ ਹੋ ਗਿਆ ਇਹ ਜਦੋਂ ਪੈਦਾ ਹੋਈ ਇਹਨੇ ਅੱਪੇ ਨੇ ਇਹਦੀ ਅੰਮੀ ਨੂੰ ਕੁੱਟਿਆ ਕਿਉਂ ਮੈਂ ਕਿਹਾ ਚਾਚਾ ਜੀ ਕਿਉਂ ਕੱਟਣ ਦਿਓ ਆਂਦਾ ਜਦੋਂ ਦੀ ਐ ਹੋਈ ਉਹ ਸਵਾਦ ਹੀ ਨਹੀਂ ਹੋ ਰਿਹਾ ਉੱਥੇ ਤੇ ਜਦੋਂ ਤੂੰ ਜੰਮਿਆ ਹੈ ਉੱਥੇ ਜੁਮਾ ਬਾਜ਼ਾਰ ਲੱਗਦਾ ਹੈ ਉੱਥੇ ਜੁਮਾ ਬਾਜ਼ਾਰ ਮੇਰੀ ਜਾਨ ਉੱਥੇ ਦੀ ਕਾਰੇ ਤੇ ਮੇਰੀ ਜਾਨ ਐ ਮੇਰੀ ਜਾਨ ਬਾਜੀ ਤੁਸੀਂ ਉੱਥੇ ਹੋ ਮੇਰੀ ਗੱਲ ਸੁਣੋ ਤੁਹਾਨੂੰ ਕੋਈ ਪਰੇਸ਼ਾਨੀ ਆਵੇ ਲੱਖ 2-4-5 ਲੱਖ ਦੀ ਤਕਲੀਫ ਹੈ ਮੈਨੂੰ ਦੱਸੋ ਮੈਂ ਕਰੋੜਾਪਤੀ ਬਾਬਾ ਵਾਂ ਬਾਬਾ ਜੀ 4 ਲੱਖ ਰੁਪਈਆ ਦੇ ਦਿਓ ਤੂੰ ਬਾਬੇ ਨੂੰ ਸਿਰਫ ਜਾਣ ਦਾ ਕਿਰਾਇਆ ਵੀ ਜੇ ਤਰਵੀਕ ਨੂੰ ਲੱਗ ਦੇ ਨਹੀਂ ਤੇ ਬਾਬਾ ਤੇ ਤੇਰਾ ਸਹੀਏ ਆਹ 2,500 ਦਾ ਤੇ ਤੁਹਾਡਾ ਆਪਣਾ ਗੋਇਆ ਵਿਕ ਜਾਂਦਾ ਹੁਣ ਆਹ ਤੂੰ ਖਰੀਦਣਾ ਹੈ ਤੇ ਤਾਂ ਦੇ ਦੇ ਉਸ ਮੈਂ ਮਾਂ ਭੈਣ ਦੀ ਗੱਲ ਕਰਦੇ ਨਹੀਂ ਆ ਉਹ ਨਾਚ ਅੱਛਾ ਮੇਰੀ ਗੱਲ ਸੁਣ ਚੱਲ ਕੋਈ ਅੰਦਰ ਇਹੋ ਜੀ ਮਾਂ ਨਾ ਬਾਥਰੂਮ 'ਚ ਬੈਠੀ ਗਾ ਵਿਅਕਤੀ ਬਾਹਰ ਹੁੰਦੀ ਹੈ ਤੇ ਤੇਰੇ ਵਰਗਾ ਬੈਠਾ ਹੋਵੇ ਕਰਨਾ ਵਾ ਪਰ
ਦੀ ਮਾਂ ਦੀ ਕੌਲੀ ਤੇ ਬਚ ਗਈ ਹੈ ਨਾ। ਅੱਛਾ ਜੀ, ਆ ਤੁਹਾਨੂੰ ਆਵਾਜ਼ ਮਾਰੀ ਇਸ ਵਾਸਤੇ ਕਿ ਇਹ ਕੰਮ ਕਿਉਂ ਨਹੀਂ ਕਰਦੇ ਹੋਟਲ ਦਾ? ਕੰਮ ਵੀ ਕਰਨੇ, ਕੱਲ ਤੁਸੀਂ ਸੁੱਤੇ ਹੋ, ਤੁਹਾਡਾ ਕੰਮ ਕਿਹਨੇ ਕੀਤਾ? ਕਿਹਨੇ ਕੀਤਾ? ਮੈਂ ਕੀਤਾ। ਅੱਛਾ, ਤੂੰ ਕੀਤਾ? ਹਾਂ ਜੀ। ਰੂਲੀਆਂ ਕਰ ਲਈਆਂ ਨੇ ਫਿਰ? ਅੰਦਰ ਜਾ ਕੇ ਸਿੱਧਾ ਹੋ ਜਾਂਦਾ ਕੇਲਾ। ਉਹ ਲੈਂਦਾ ਬਾਬਾ ਜੀ ਨੇ ਚਿੱਟਾ ਸੂਟ ਪਾਇਆ। ਹਾਂਜੀ, ਉਹ ਕੇਲਾ ਲੈਂਦਾ ਨਾ। ਹਾਂਜੀ, ਤੁਸੀਂ ਖਾਇਆ ਕਰੋ। ਨਹੀਂ ਜੀ, ਮੈਨੂੰ ਸ਼ੂਗਰ ਹੈ, ਮੈਂ ਕਿਤੇ। ਹਾਂ, ਤੁਹਾਨੂੰ ਰਹਿਣੀ ਵੀ ਸ਼ੂਗਰ ਹੀ ਹੈ। ਹਾਂਜੀ। ਅੱਛਾ, ਗੱਲ ਸੁਣੋ ਮੇਰੀ, ਪਤਲੀ ਤੇ ਨਹੀਂ ਕਰੀ ਤੁਹਾਡਾ ਲਾਡਰ ਨਹੀਂ ਜਿਹੜਾ? ਕੌਣ? ਬਬਲੂ। ਹਾਂਜੀ, ਇਹ ਉਹਦੇ ਕੰਮ ਨੇ ਸਾਰੇ। ਇਹ ਸਾਰਾ ਸਮਾਨ ਉਹਨੇ ਚੁੱਕਿਆ? ਹਾਂਜੀ। ਅੱਛਾ, ਅੱਗੇ ਤੂੰ ਉਹਨੂੰ ਛੁੱਟੀ ਕਰਾਈ, ਇਹਨੂੰ ਵੀ ਛੁੱਟੀ ਕਰਾਉਣੀ ਪੈਣੀ। ਹਾਂਜੀ, ਉਹਨੂੰ ਪੁੱਛੋ ਜਾ ਕੇ। ਚਲੋ ਕੋਈ ਗੱਲ ਨਹੀਂ, ਉਹਨੂੰ ਪੁੱਛ ਲਾਂਗੇ, ਪਹਿਲਾਂ ਤੁਹਾਨੂੰ ਤਾਂ ਪੁੱਛ ਲਈਏ। ਅੱਛਾ ਜੀ, ਬਸ 'ਚ ਬਹਿ ਗਿਆ ਅਤੇ ਖੜਾ ਹੋ ਗਿਆ, ਕੋਈ ਗੱਲ ਕਰੀ ਜਾ ਰਿਹਾ, ਮੈਂ ਯਤੀਮ ਹਾਂ, ਕਿਰਾਇਆ ਮਾਫ਼ ਕਰ ਦਿਓ, ਮੈਂ ਯਤੀਮ ਹਾਂ, ਕਿਰਾਇਆ ਮਾਫ਼ ਕਰ ਦਿਓ। ਆਂਦਾ ਨਹੀਂ ਯਕੀਨ ਤਾਂ ਮੇਰੇ ਅੱਬੇ ਨੂੰ ਪੁੱਛ ਲਓ। ਹੈਲੋ, ਅੱਲਾ ਤੁਹਾਡੀ ਖੈਰ ਕਰੇ ਅਤੇ ਆਪਣਾ ਦੱਸੋ, ਘਰ 'ਚ ਖੋਤਾ ਰੱਖਿਆ, ਉਹਨੂੰ ਕੁੱਟੀ ਜਾ ਰਿਹਾ, ਮੈਂ ਕਿਹਾ ਉਹਨੂੰ ਕਿਉਂ ਕੁੱਟਣਾ? ਕਹਿੰਦਾ ਜਦੋਂ ਦਾ ਇਹ ਆਇਆ ਮੇਰੀ ਬੀਵੀ ਮੈਨੂੰ ਬੰਦਾ ਹੀ ਨਹੀਂ ਸਮਝਦੀ। ਸਮਝਦੇ ਗਏ ਨੇ ਯਾਰ, ਕੀ ਹੋ ਗਏ? ਦੌੜਾ ਦੌੜਾ ਜਾ ਰਿਹਾ ਕਿੱਧਰ? ਕਹਿੰਦਾ ਕਮੇਟੀ ਦੇਣ ਚੱਲਾਂ। ਮੈਂ ਕਿਹਾ ਕੱਲ ਤੇਰੀ ਬੀਵੀ ਦੇਣ ਗਈ ਸੀ? ਕਹਿੰਦਾ ਉਹ ਅਗਲੀ ਦੇਣ ਗਈ, ਮੈਂ ਪਿਛਲੀ ਦੇਣ ਚੱਲਾਂ। ਕੁਛ ਕਿਹਾ ਕਿਉਂ ਨੀ ਰਿਹਾ? ਕਿਉਂ ਨੀ ਰਿਹਾ? ਤੂੰ ਮੇਰੇ ਜਿਹੜੇ ਪੈਸੇ